ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਗੁਰਜੀਤ ਸਿੰਘ ਗੰਗਾਨਗਰ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਹਜ਼ੂਰੀ 'ਚ ਸ਼੍ਰੀ ਹਰਿਮੰਦਰ ਸਾਹਿਬ ਆਏ ਹਾਂ ਜੀ ਮੱਥਾ ਟੇਕਣ। ਤਾਂ ਆ ਕੇ ਅਰਦਾਸਾਂ ਕਰਵਾਈਆਂ, ਬਹੁਤ ਖੁਸ਼ੀ ਹੋਈ ਸ਼੍ਰੀ ਹਰਿਮੰਦਰ ਸਾਹਿਬ ਆਉਣ 'ਤੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਗੁਰਤਾ ਗੱਦੀ ਦੇਣ ਦੇ ਮਹਾਂਪਰਵ 'ਤੇ ਅਸੀਂ ਹਰਿਮੰਦਰ ਸਾਹਿਬ ਆਏ ਹਾਂ ਜੀ। ਅਤੇ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਮੈਂ ਤਾਂ ਇਹੀ ਕਹਿੰਦਾ ਕਿ ਸਾਰੀ ਸੰਗਤ ਜਿਹੜੇ ਗੁਰੂ ਮਹਾਰਾਜ ਨੂੰ ਜੋੜਨ। ਹਾਂਜੀ, ਅਤੇ ਚਲੋ ਗੁਰੂ ਸਾਹਿਬ ਦੇ ਘਰ ਆਏ ਆ ਅਤੇ ਸਾਰੇ ਸੰਗਤ ਨੇ ਆਣ ਕੇ ਹਾਜ਼ਰੀ ਭਰੀ ਹੈ। ਮਹਾਰਾਜ ਸਾਰਿਆਂ ਦੀਆਂ ਮਨੋਕਾਮਨਾ ਪੂਰੀਆਂ ਕਰਨ ਅਤੇ ਸਾਰਿਆਂ ਨੂੰ ਜੋ ਵੀ ਆ ਵਧੀਆ ਸਰਪੰਚ ਮਹਾਰਾਜ ਖੁਸ਼ੀਆਂ ਦੇਣ ਆਪਣੇ ਘਰੋਂ ਘਰ। ਗੁਰੂ ਗ੍ਰੰਥ ਸਾਹਿਬ ਜੀ, ਹਾਂਜੀ, ਅੱਜ ਗੁਰਤਾ ਗੱਦੀ ਦਿਵਸ ਸੀਗਾ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰਤਾ ਗੱਦੀ ਦਿਵਸ ਦਿੱਤੀ ਸੀ ਅੱਜ ਦੇ ਦਿਨ। ਬਹੁਤ ਅੱਛਾ ਲੱਗਾ ਦਰਸ਼ਨ ਕਰਕੇ। ਦੇਖੋ ਜੀ, ਅੱਜ ਬਹੁਤ ਵੱਡਾ ਇਤਿਹਾਸਿਕ ਦਿਨ ਹੈ। ਗੁਰਗੱਦੀ ਪਹਿਲਾਂ ਬੰਦਿਆਂ ਨੂੰ ਮਿਲਦੀ ਰਹੀ ਆ, ਇਹ ਸ਼ਬਦ ਗੁਰੂ ਨੂੰ ਗੁਰਗੱਦੀ ਮਿਲੀ ਆ। ਅੱਜ ਉਹਨਾਂ ਦਾ ਦਿਨ ਹੈ, ਕਿਉਂਕਿ ਸਾਰੀ ਦੁਨੀਆ ਅੱਜ ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਲੱਗ ਰਹੀ ਆ। ਕਿਉਂਕਿ ਨਾਸਾ 'ਚ ਸਭ ਤੋਂ ਜਿਹੜੀ ਇੱਕ ਨੰਬਰ ਪੁਜੀਸ਼ਨ ਮਿਲੀ ਹੈ ਧਰਮ ਦੀ, ਉਹ ਗੁਰੂ ਗ੍ਰੰਥ ਸਾਹਿਬ ਨੂੰ ਮਿਲੀ ਆ। ਉੱਥੇ ਇਹਨੂੰ ਸਭ ਤੋਂ ਉੱਚੀ ਜਗ੍ਹਾ 'ਤੇ ਪ੍ਰਕਾਸ਼ ਕੀਤਾ ਗਿਆ। ਜਿਹੜੀਆਂ ਗੱਲਾਂ ਸਾਡੇ ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਤੀਆਂ, ਉਹ ਜੁਗਾ ਜਗ ਅਟਲ ਰਹਿਣਗੀਆਂ। ਬਾਕੀ ਸਭ ਝੂਠ ਹੁੰਦਾ ਰਹੂਗਾ, ਉਹ ਸੱਚ ਹੁੰਦਾ ਰਹੂਗਾ। ਧਰਤੀ ਕਹਿੰਦੇ ਹੋਰ ਪਰੇ ਪਰ ਹੋਰ, ਪਹਿਲਾਂ ਪਤਾ ਹੀ ਨਹੀਂ ਸੀ, ਹੁਣ ਸਾਇੰਸਟਿਸਟ ਕਹਿੰਦੇ ਹੋਰ ਧਰਤੀਆਂ ਵੀ ਨੇ। ਗੁਰੂ ਸਾਹਿਬ ਤਾਂ ਇਹ ਕਹਿ ਕੇ ਵੀ ਪਤਾ ਨਹੀਂ ਕਿੰਨੀਆਂ ਕੁ ਧਰਤੀਆਂ, ਕਿੰਨੇ ਕੁ ਤਾਰੇ, ਕਿੰਨੇ ਕੁ ਸਨਮਾਨ ਆ। ਇਸ ਕਰਕੇ ਇਹ ਬਹੁਤ ਵੱਡਾ ਗੁਰੂ ਸਾਹਿਬ ਨੇ ਇਨਕਲਾਬ ਲਿਆਂਦਾ ਔਰ ਸਾਇੰਸ ਨੂੰ ਮਾਤ ਕਰਤਾ ਉਹਨਾਂ ਨੇ। ਔਰ ਉਹਨਾਂ 'ਚ ਤਾਕਤ ਸੀ ਗੁਰੂ ਸਾਹਿਬਾਨ 'ਚ, ਪਹਿਲੀ ਪਾਤਸ਼ਾਹੀ ਤੋਂ ਲੈ ਕੇ ਸਾਰੀਆਂ ਪਾਤਸ਼ਾਹੀਆਂ 'ਚ ਇੱਕੋ ਜੋਤ ਸੀ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇ ਕੇ ਸਾਨੂੰ ਪਖੰਡੀਆਂ ਤੋਂ ਬਚਾ ਤਾ। ਜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਨਾ ਮਿਲਦੀ ਤਾਂ ਜਿਵੇਂ 22 ਮੰਜੀਆਂ ਬਹਿ ਗਈਆਂ ਸੀ, ਇੱਥੇ ਤਾਂ ਇੱਟ ਚੱਕੀ 'ਤੇ ਬਹਿ ਜਾਣਾ ਸੀ, ਮੈਂ ਗੁਰੂ ਹਾਂ। ਹੁਣ ਉਹਨਾਂ ਨੇ ਕਹਿਤਾ ਵੀ ਜੇ ਤੁਸੀਂ ਸੇਧ ਲੈਣੀ ਆ ਕਿਵੇਂ ਜਿਉਣਾ, ਕਿਵੇਂ ਰਹਿਣਾ, ਤਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਹੀ ਲੈ ਸਕਦੇ।